ਸਤਿ ਸ਼੍ਰੀ ਅਕਾਲ, ਮੈਂ ਸਿਮਰਨ ਤੁਹਾਡੇ ਸਭ ਦਾ ਸਵਾਗਤ ਕਰਦੀ ਹਾਂ ਐਂਟਰਟੇਨਮੈਂਟ ਡਾਇਰੀਜ਼ ਵਿੱਚ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹਾਈਲਾਈਟਸ ਦੇ ਉੱਤੇ। ਅਮਿਤਾਭ ਬੱਚਨ ਨੇ ਐਸ਼ਵਰੀਆ ਰਾਏ ਨੂੰ ਕਦੇ ਨਹੀਂ ਸਮਝਿਆ ਆਪਣੀ ਨੂੰਹ। ਗਾਇਕ ਗਿੱਪੀ ਗਰੇਵਾਲ ਨੇ ਪਤਨੀ ਅਤੇ ਪੁੱਤਰ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ। ਹਾਰਦਿਕ ਦੇ ਨਾਲ ਤਲਾਕ ਤੋਂ ਬਾਅਦ ਨਤਾਸ਼ਾ ਨੇ ਮਨਾਇਆ ਪੁੱਤਰ ਦਾ ਜਨਮ ਦਿਨ। ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬੱਚਨ ਪਰਿਵਾਰ ਦੀ, ਜਿਸ ਨੂੰ ਲੈ ਕੇ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਕਿ ਐਸ਼ਵਰੀਆ ਰਾਏ ਬੱਚਨ ਐਂਡ ਅਭਿਸ਼ੇਕ ਬੱਚਨ ਜਲਦ ਹੀ ਤਲਾਕ ਲੈਣ ਵਾਲੇ ਨੇ। ਹਾਲਾਂਕਿ ਜੋੜੇ ਵੱਲੋਂ ਜਾਂ ਫਿਰ ਉਹਨਾਂ ਦੇ ਪਰਿਵਾਰ ਵੱਲੋਂ ਅਜਿਹੀ ਕੋਈ ਵੀ ਓਫੀਸ਼ੀਅਲ ਅਨਾਊਂਸਮੈਂਟ ਨਹੀਂ ਹੋਈ ਹੈ ਅਤੇ ਲੋਕ ਇਹ ਕਿਆਸ ਲਗਾ ਰਹੇ ਨੇ। ਉੱਥੇ ਹੀ ਹੁਣ ਪੁਰਾਣੀਆਂ ਵੀਡੀਓਜ਼ ਜਿਹੜੀਆਂ ਨੇ ਉਹ ਵੀ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਨੇ। ਹਾਲ ਫਿਲਹਾਲ ਹੀ ਜਯਾ ਬੱਚਨ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਉਹ ਆਪਣੀ ਨੂੰਹ ਦੀ ਤਾਰੀਫ ਕਰਦੀ ਨਜ਼ਰ ਆਈ ਅਤੇ ਉੱਥੇ ਹੀ ਉਸਨੇ ਅਮਿਤਾਭ ਬੱਚਨ ਐਂਡ ਐਸ਼ਵਰੀਆ ਰਾਏ ਬੱਚਨ ਦੇ ਰਿਲੇਸ਼ਨਸ਼ਿਪ ਬਾਰੇ ਵੀ ਕੁਝ ਖਾਸ ਖੁਲਾਸੇ ਕੀਤੇ। ਬੱਚਨ ਪਰਿਵਾਰ ਇਨੀ ਦਿਨੀ ਖੂਬ ਸੁਰਖੀਆਂ ਵਿੱਚ ਬਣਿਆ ਹੋਇਆ। ਪਿਛਲੇ ਕਈ ਦਿਨਾਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਨੇ ਕਿ ਅਮਿਤਾਭ ਬੱਚਨ ਅਤੇ ਜਯਾ ਬੱਚਨ ਦੀ ਨੂੰਹ ਅਤੇ ਬੇਟਾ ਆਪਣੇ ਵਿਆਹਤਾ ਜ਼ਿੰਦਗੀ ਦੇ ਵਿੱਚ ਖੁਸ਼ ਨਹੀਂ ਹੈ। ਅਭਿਸ਼ੇਕ ਬੱਚਨ ਐਸ਼ਵਰੀਆ ਰਾਏ ਦੀ ਵਿਆਹਤਾ ਜ਼ਿੰਦਗੀ ਵਿੱਚ ਤਣਾਅ ਚੱਲ ਰਿਹਾ ਹੈ। ਇਸ ਸਭ ਦੇ ਵਿਚਕਾਰ ਜਯਾ ਬੱਚਨ ਦਾ ਇੱਕ ਬਿਆਨ ਸੁਰਖੀਆਂ ਵਿੱਚ ਹੈ, ਜਿਸ ਵਿੱਚ ਉਸਨੇ ਦੱਸਿਆ ਕਿ ਐਸ਼ਵਰੀਆ ਰਾਏ ਨੂੰ ਆਪਣੇ ਆਲੇ ਦੁਆਲੇ ਦੇਖ ਕੇ ਬਿਗ ਬੀ ਕਿਵੇਂ ਮਹਿਸੂਸ ਕਰਦੇ ਨੇ। ਅਭਿਸ਼ੇਕ ਬੱਚਨ ਅਤੇ ਐਸ਼ਵਰੀਆ ਰਾਏ ਨੂੰ ਇਕੱਠੇ ਦੇਖ ਕੇ ਹਰ ਕਿਸੇ ਦੇ ਚਿਹਰੇ 'ਤੇ ਰੌਣਕ ਆ ਜਾਂਦੀ ਹੈ। ਜਦੋਂ ਵੀ ਇਹ ਦੋਵੇਂ ਆਪਣੀ ਬੇਟੀ ਅਰਾਧਿਆ 'ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨੇ ਤਾਂ ਉਹਨਾਂ ਨੂੰ ਵੇਖ ਕੇ ਲੋਕ ਹਰ ਵਾਰ ਖੁਸ਼ ਹੋ ਜਾਂਦੇ ਨੇ। ਦੱਸ ਦਈਏ ਕਿ ਇਸ ਪਿਆਰੇ ਜੋੜੇ ਦਾ ਵਿਆਹ 20 ਅਪ੍ਰੈਲ 2007 ਵਿੱਚ ਹੋਇਆ ਸੀ। ਜੋੜੇ ਦੀ ਇੱਕ 14 ਸਾਲ ਦੀ ਬੇਟੀ ਵੀ ਹੈ। ਹਾਲਾਂਕਿ ਪਿਛਲੇ ਦਿਨਾਂ ਤੋਂ ਇਸ ਜੋੜੇ ਨੂੰ ਲੈ ਕੇ ਕਈ ਨੈਗੇਟਿਵ ਖਬਰਾਂ ਸਾਹਮਣੇ ਆ ਰਹੀਆਂ ਨੇ। ਕਿਆਸ ਲਗਾਇਆ ਜਾ ਰਿਹਾ ਹੈ ਕਿ ਇਹ ਜੋੜਾ ਆਪਣੇ ਵਿਆਹ ਦੇ ਕਈ ਸਾਲਾਂ ਬਾਅਦ ਹੁਣ ਵੱਖ ਹੋਣ ਜਾ ਰਿਹਾ ਹੈ। ਅਜਿਹੇ ਵਿੱਚ ਫੈਨਜ਼ ਇਸ ਜੋੜੇ ਨੂੰ ਲੈ ਕੇ ਕਾਫ਼ੀ ਚਿੰਤਤ ਨੇ। ਇਸ ਸਭ ਦੇ ਵਿਚਕਾਰ ਜਯਾ ਬੱਚਨ ਦਾ ਇੱਕ ਬਿਆਨ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ, ਜਿਸ ਵਿੱਚ ਉਹ ਆਪਣੀ ਨੂੰਹ ਬਾਰੇ ਗੱਲਬਾਤ ਕਰਦੀ ਨਜ਼ਰ ਆਈ। ਜਯਾ ਬੱਚਨ ਦਾ ਇਹ ਬਿਆਨ ਕਾਫ਼ੀ ਜ਼ਿਆਦਾ ਪੁਰਾਣਾ ਹੈ। ਜਦੋਂ ਐਸ਼ ਦਾ ਨਵਾਂ ਵਿਆਹ ਹੋਇਆ ਸੀ ਅਤੇ ਉਹ ਬੱਚਨ ਪਰਿਵਾਰ ਦੇ ਵਿੱਚ ਨੂੰਹ ਦੇ ਰੂਪ ਵਿੱਚ ਸ਼ਾਮਿਲ ਹੋਈ ਸੀ। ਇਸੇ ਦੌਰਾਨ ਜਯਾ ਬੱਚਨ ਨੇ ਕਰਨ ਜੌਹਰ ਦੇ ਇੱਕ ਟਾਕ ਸ਼ੋਅ ਦੇ ਵਿੱਚ ਇਹ ਇਸ ਬਾਰੇ ਗੱਲਬਾਤ ਕੀਤੀ ਸੀ। ਉਹਨਾਂ ਨੇ ਨੂੰਹ ਅਤੇ ਬੇਟੇ ਦੇ ਰਿਸ਼ਤੇ ਦੇ ਨਾਲ ਨਾਲ ਨੂੰਹ ਦਾ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ, ਇਸ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ ਸੀ। ਇਸ ਦੇ ਨਾਲ ਹੀ ਉਹਨਾਂ ਨੇ ਅਮਿਤਾਭ ਅਤੇ ਐਸ਼ ਦੇ ਰਿਸ਼ਤੇ ਨੂੰ ਲੈ ਕੇ ਵੀ ਕਈ ਰਾਜ਼ ਖੋਲ੍ਹੇ। ਕੌਫੀ ਵਿਦ ਕਰਨ ਦੇ ਵਿੱਚ ਜਯਾ ਨੇ ਆਪਣੀ ਜ਼ਿੰਦਗੀ ਦਾ ਇੱਕ ਖੂਬਸੂਰਤ ਪਲ ਸ਼ੇਅਰ ਕੀਤਾ ਸੀ। ਜਯਾ ਨੇ ਦੱਸਿਆ ਕਿ ਜਦੋਂ ਉਹਨਾਂ ਦੀ ਬੇਟੀ ਸ਼ਵੇਤਾ ਬੱਚਨ ਦਾ ਵਿਆਹ ਹੋਇਆ ਤਾਂ ਅਮਿਤਾਭ ਬੱਚਨ ਦੀ ਜ਼ਿੰਦਗੀ ਦੇ ਵਿੱਚ ਇੱਕ ਖਾਲੀਪਨ ਆ ਗਿਆ। ਉਹ ਖਾਲੀਪਨ ਉਦੋਂ ਭਰ ਗਿਆ ਜਦੋਂ ਐਸ਼ਵਰੀਆ ਰਾਏ ਉਹਨਾਂ ਦੀ ਨੂੰਹ ਬਣ ਕੇ ਉਹਨਾਂ ਦੇ ਘਰ ਆਈ। ਅਮਿਤਾਭ ਉਹਨਾਂ ਨੂੰ ਵੇਖ ਕੇ ਕਾਫ਼ੀ ਖੁਸ਼ ਸਨ। ਉਹਨਾਂ ਨੇ ਕਦੇ ਵੀ ਐਸ਼ ਨੂੰ ਆਪਣੀ ਨੂੰਹ ਵਜੋਂ ਨਹੀਂ ਦੇਖਿਆ। ਉਹ ਹਮੇਸ਼ਾ ਐਸ਼ਵਰੀਆ ਰਾਏ ਨੂੰ ਆਪਣੀ ਧੀ ਦੀ ਤਰ੍ਹਾਂ ਹੀ ਦੇਖਦੇ ਸਨ। ਇਸ ਦੇ ਨਾਲ ਹੀ ਆਪਣੇ ਪਤੀ ਅਮਿਤਾਭ ਬੱਚਨ ਬਾਰੇ ਗੱਲ ਕਰਦੇ ਹੋਏ ਜਯਾ ਨੇ ਕਿਹਾ ਸੀ ਕਿ ਜਦੋਂ ਵੀ ਉਹ ਆਪਣੀ ਨੂੰਹ ਐਸ਼ਵਰੀਆ ਨੂੰ ਘਰ ਵਿੱਚ ਦੇਖਦੇ ਸਨ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਅਲੱਗ ਹੀ ਚਮਕ ਆ ਜਾਂਦੀ ਸੀ। ਇੰਝ ਲੱਗਦਾ ਹੈ ਜਿਵੇਂ ਉਹ ਸ਼ਵੇਤਾ ਨੂੰ ਘਰ ਆਉਂਦੀ ਦੇਖ ਰਹੇ ਹੋਣ। ਐਸ਼ਵਰੀਆ ਨੇ ਸ਼ਵੇਤਾ ਦੇ ਜਾਣ ਨਾਲ ਖਾਲੀਪਨ ਨੂੰ ਭਰ ਦਿੱਤਾ ਸੀ। ਅਸੀਂ ਕਦੇ ਵੀ ਇਸ ਗੱਲ ਨੂੰ ਐਡਜਸਟ ਨਹੀਂ ਕਰ ਪਾਏ ਕਿ ਸ਼ਵੇਤਾ ਘਰ ਦੇ ਵਿੱਚ ਹੈ ਹੀ ਨਹੀਂ। ਦੱਸ ਦਈਏ ਕਿ ਜਯਾ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਉਹ ਆਪਣੇ ਪਰਿਵਾਰ ਬਾਰੇ ਜ਼ਰੂਰ ਗੱਲ ਕਰਦੀ ਹੈ। ਇੱਕ ਵਾਰ ਸਟਾਰਡਮ ਮੈਗਜ਼ੀਨ ਦੇ ਨਾਲ ਗੱਲਬਾਤ ਕਰਦੇ ਹੋਏ ਜਯਾ ਨੇ ਆਪਣੀ ਨੂੰ ਐਸ਼ ਦੀ ਤਾਰੀਫ ਕੀਤੀ ਅਤੇ ਉਹਨਾਂ ਨੂੰ ਇੱਕ ਸ਼ਾਨਦਾਰ ਮਾਂ ਕਿਹਾ। ਖ਼ਬਰਾਂ ਮੁਤਾਬਿਕ ਉਹਨਾਂ ਨੇ ਕਿਹਾ ਸੀ ਉਹ ਖੁਦ ਇੰਡਸਟਰੀ ਦੇ ਵਿੱਚ ਇੱਕ ਵੱਡੀ ਸਟਾਰ ਹੈ, ਫਿਰ ਵੀ ਉਹ ਆਪਣੇ ਪਰਿਵਾਰ ਨੂੰ ਬਹੁਤ ਮਹੱਤਵ ਦਿੰਦੀ ਹੈ। ਉਹ ਇੱਕ ਮਜ਼ਬੂਤ ਔਰਤ ਹੈ। ਇਸ ਦੇ ਨਾਲ ਹੀ ਜਯਾ ਨੇ ਦੱਸਿਆ ਕਿ ਐਸ਼ ਇੱਕ ਸ਼ਾਨਦਾਰ ਮਾਂ ਅਤੇ ਉਹ ਆਪਣੀ ਬੇਟੀ ਦਾ ਪੂਰਾ ਧਿਆਨ ਰੱਖਦੀ ਹੈ ਅਤੇ ਸਾਰਾ ਕੰਮ ਖੁਦ ਕਰਦੀ ਹੈ।
ਜਦੋਂ ਜਯਾ ਬੱਚਨ ਦੀ ਬੇਟੀ ਸ਼ਵੇਤਾ ਆਪਣੇ ਭਰਾ ਅਭਿਸ਼ੇਕ ਦੇ ਨਾਲ ਕੌਫੀ ਵਿਦ ਕਰਨ ਦੇ ਵਿੱਚ ਪਹੁੰਚੀ ਸੀ ਤਾਂ ਉਹਨਾਂ ਨੇ ਵੀ ਐਸ਼ ਬਾਰੇ ਖੂਬ ਗੱਲਾਂ ਕੀਤੀਆਂ ਸੀ। ਉਹਨਾਂ ਨੇ ਐਸ਼ ਨੂੰ ਇੱਕ ਸ਼ਾਨਦਾਰ ਮਾਂ ਕਿਹਾ। ਉਹਨਾਂ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਉਹ ਅਰਾਧਿਆ ਦੀ ਦੇਖਭਾਲ ਕਰਦੀ ਹੈ ਇਹ ਦੇਖ ਕੇ ਅਸੀਂ ਵੀ ਹੈਰਾਨ ਹਾਂ। ਉਹ ਮੇਰੇ ਬੱਚੇ ਅਤੇ ਅਰਾਧਿਆ ਦੇ ਵਿੱਚ ਕੋਈ ਫਰਕ ਮਹਿਸੂਸ ਨਹੀਂ ਕਰਦੀ। ਉਹ ਸਭ ਦਾ ਬੜਾ ਹੀ ਸੋਹਣੇ ਤਰੀਕੇ ਦੇ ਨਾਲ ਧਿਆਨ ਰੱਖਦੀ ਹੈ ਅਤੇ ਇਹ ਉਸਦਾ ਸਭ ਤੋਂ ਵਧੀਆ ਗੁਣ ਹੈ। ਹੁਣ ਗੱਲ ਕਰਦੇ ਹਾਂ ਪੰਜਾਬੀ ਇੰਡਸਟਰੀ ਦੇ ਮੇਗਾ ਸਟਾਰ ਯਾਨੀ ਕਿ ਗਿੱਪੀ ਗਰੇਵਾਲ ਦੀ, ਜੋ ਕਿ ਜਲਦ ਹੀ ਲੈ ਕੇ ਆ ਰਹੇ ਨੇ ਆਪਣੀ ਫਿਲਮ ਅਰਦਾਸ 3। ਵੈਲ ਹਾਲ ਫਿਲਹਾਲ ਹੀ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਕੁਝ ਖੂਬਸੂਰਤ ਤਸਵੀਰਾਂ ਸਾਂਝਾ ਕੀਤੀਆਂ ਜੋ ਕਿ ਸੋਸ਼ਲ ਮੀਡੀਆ 'ਤੇ ਹੋ ਰਹੀਆਂ ਨੇ ਵਾਇਰਲ। ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਉਹਨਾਂ ਅਦਾਕਾਰਾਂ ਵਿੱਚੋਂ ਇੱਕ ਹਨ ਜੋ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਨੇ। ਹਾਲ ਹੀ ਦੇ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਵਾਈਫ ਦੇ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ। ਇਹਨਾਂ ਤਸਵੀਰਾਂ ਦੇ ਵਿੱਚ ਉਹਨਾਂ ਦਾ ਸਭ ਤੋਂ ਛੋਟਾ ਪੁੱਤਰ ਗੁਰਬਾਜ਼ ਗਰੇਵਾਲ ਵੀ ਨਜ਼ਰ ਆ ਰਿਹਾ ਹੈ। ਤਸਵੀਰਾਂ 'ਤੇ ਫੈਨਸ ਵੀ ਖੂਬ ਪਿਆਰ ਲੁਟਾ ਰਹੇ ਨੇ। ਗਿੱਪੀ ਗਰੇਵਾਲ ਅਕਸਰ ਆਪਣੀ ਵਾਈਫ ਅਤੇ ਬੱਚਿਆਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ। ਉਹ ਆਪਣੀ ਬਿਜ਼ੀ ਸਮੇਂ ਦੇ ਵਿੱਚੋਂ ਆਪਣੇ ਪਰਿਵਾਰ ਦੇ ਲਈ ਸਮਾਂ ਕੱਢ ਹੀ ਲੈਂਦੇ ਨੇ ਅਤੇ ਪਰਿਵਾਰ ਦੇ ਨਾਲ ਅਕਸਰ ਮਸਤੀ ਕਰਦੇ ਦਿਖਾਈ ਦਿੰਦੇ ਨੇ। ਦੱਸ ਦਈਏ ਗਿੱਪੀ ਗਰੇਵਾਲ ਇੰਨੀ ਦਿਨੀ ਆਪਣੀ ਅਪਕਮਿੰਗ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਨੂੰ ਲੈ ਕੇ ਚਰਚਾ ਵਿੱਚ ਹਨ। ਜਲਦੀ ਇਹ ਫਿਲਮ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਵੇਗੀ। ਹੁਣ ਗੱਲ ਕਰਦੇ ਹਾਂ ਹਾਰਦਿਕ ਪਾਂਡਿਆ ਅਤੇ ਨਤਾਸ਼ਾ ਦੀ, ਜੋ ਕਿ ਹਾਲ ਫਿਲਹਾਲ ਹੀ ਵੱਖ ਹੋ ਚੁੱਕੇ ਨੇ ਅਤੇ ਵੱਖ ਹੋਣ ਤੋਂ ਬਾਅਦ ਨਤਾਸ਼ਾ ਨੇ ਆਪਣੇ ਬੇਟੇ ਦਾ ਚੌਥਾ ਜਨਮ ਦਿਨ ਕੁਝ ਇਸ ਤਰ੍ਹਾਂ ਮਨਾਇਆ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਹਨਾਂ ਨੂੰ ਕਾਫੀ ਜ਼ਿਆਦਾ ਟ੍ਰੋਲ ਵੀ ਕੀਤਾ ਜਾ ਰਿਹਾ ਹੈ। ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਮਾਡਲ ਨਤਾਸ਼ਾ ਨੇ ਲੰਮੇ ਵਿਵਾਦ ਤੋਂ ਬਾਅਦ ਤਲਾਕ ਦਾ ਐਲਾਨ ਕੀਤਾ ਹੈ। ਤਲਾਕ ਦਾ ਐਲਾਨ ਕਰਨ ਤੋਂ ਪਹਿਲਾਂ ਉਹ ਆਪਣੇ 4 ਸਾਲ ਦੇ ਬੇਟੇ ਅਗਸਤਿਆ ਦੇ ਨਾਲ ਆਪਣੇ ਜੱਦੀ ਘਰ ਸਰਬੀਆ ਦੇ ਵਿੱਚ ਪਹੁੰਚ ਗਈ ਸੀ। ਆਪਣੇ ਮਾਤਾ ਪਿਤਾ ਦੇ ਵੱਖ ਹੋਣ ਤੋਂ ਬਾਅਦ ਅਗਸਤਿਆ ਨੇ ਹਾਲ ਹੀ ਦੇ ਵਿੱਚ ਆਪਣੀ ਨਾਨੀ ਦੇ ਘਰ ਆਪਣਾ ਚੌਥਾ ਜਨਮ ਦਿਨ ਮਨਾਇਆ। ਨਤਾਸ਼ਾ ਨੇ ਆਪਣੇ ਪੁੱਤਰ ਦੇ ਖਾਸ ਦਿਨ ਨੂੰ ਬੇਹੱਦ ਖਾਸ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਦੋ ਬਹੁਤ ਹੀ ਖਾਸ ਪੋਸਟਾਂ ਦੇ ਨਾਲ ਫੈਨਸ ਦੇ ਨਾਲ ਇਸ ਦੀ ਇੱਕ ਝਲਕ ਵੀ ਸਾਂਝਾ ਕੀਤੀ। ਨਤਾਸ਼ਾ ਅਤੇ ਹਾਰਦਿਕ ਦੋਵੇਂ ਵੱਖ ਹੋ ਗਏ ਨੇ। ਦੋਵਾਂ ਵਿਚਾਲੇ ਪਤੀ ਪਤਨੀ ਦਾ ਕੋਈ ਰਿਸ਼ਤਾ ਨਹੀਂ ਰਿਹਾ ਹੈ। ਭਾਵੇਂ ਦੋਵੇਂ ਤਲਾਕ ਲੈ ਕੇ ਵੱਖ ਹੋ ਗਏ ਨੇ ਪਰ ਉਹ ਆਪਣੇ 4 ਸਾਲ ਦੇ ਪੁੱਤਰ ਅਗਸਤਿਆ ਦੇ ਸਹਿ ਮਾਪੇ ਬਣੇ ਰਹਿਣਗੇ। ਹਾਰਦਿਕ ਤੋਂ ਤਲਾਕ ਤੋਂ ਬਾਅਦ ਨਤਾਸ਼ਾ ਨੇ ਬੇਟੇ ਅਗਸਤਿਆ ਦਾ ਚੌਥਾ ਜਨਮ ਦਿਨ ਸਰਬੀਆ ਦੇ ਵਿੱਚ ਮਨਾਇਆ। ਨਤਾਸ਼ਾ ਨੇ ਇੱਥੇ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਉੱਥੇ ਹੀ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਈ। ਨਤਾਸ਼ਾ ਨੇ ਅਗਸਤਿਆ ਲਈ ਇੱਕ ਹੌਟ ਵੀਲ ਥੀਮ ਵਾਲਾ ਜਨਮ ਦਿਨ ਮਨਾਇਆ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਜਨਮ ਦਿਨ ਦੇ ਜਸ਼ਨ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ। ਪਹਿਲੀ ਤਸਵੀਰ ਦੇ ਵਿੱਚ ਮਾਂ ਪੁੱਤ ਦੀ ਜੋੜੀ ਇੱਕ ਹੌਟ ਵੀਲਸ ਥੀਮ ਵਾਲੇ ਕੇਕ ਦੇ ਸਾਹਮਣੇ ਕੈਮਰੇ ਲਈ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਪੋਸਟ ਸ਼ੇਅਰ ਕੀਤੇ ਜਾਣ ਤੋਂ ਤੁਰੰਤ ਬਾਅਦ ਹਾਰਦਿਕ ਦੇ ਭਰਾ ਅਤੇ ਕ੍ਰਿਕਟਰ ਕਰੁਣਾਲ ਪਾਂਡਿਆ ਨੇ ਕਮੈਂਟ ਦੇ ਵਿੱਚ ਇੱਕ ਚਿੱਟੇ ਰੰਗ ਦੇ ਦਿਲ ਵਾਲੀ ਇਮੋਜੀ ਸਾਂਝਾ ਕੀਤੀ। ਹਾਲਾਂਕਿ ਕੁਝ ਸੋਸ਼ਲ ਮੀਡੀਆ ਯੂਜ਼ਰਸ ਇਹਨਾਂ ਤਸਵੀਰਾਂ ਨੂੰ ਦੇਖ ਕੇ ਖੁਸ਼ ਨਹੀਂ ਹਨ ਅਤੇ ਹਾਰਦਿਕ ਦੀ ਗੈਰ ਮੌਜੂਦਗੀ 'ਤੇ ਸਵਾਲ ਚੁੱਕ ਰਹੇ ਨੇ ਅਤੇ ਨਤਾਸ਼ਾ 'ਤੇ ਤੰਜ ਕੱਸ ਰਹੇ ਨੇ। ਵੈਲ ਅੱਜ ਐਂਟਰਟੇਨਮੈਂਟ ਡਾਇਰੀਜ਼ ਦੇ ਵਿੱਚ ਨਹੀਂ, ਹੋਰ ਅਪਡੇਟ ਦੇ ਲਈ ਬਣੇ ਰਹੋ ਪੰਜਾਬ ਡਾਇਰੀਜ਼ ਦੇ ਨਾਲ।